માં કરના કન્ડિશન મની રહી એ કે ગગ બ્રહ્મણ ભી બ્રહ્મણ છે કો કરા દે બિન લાયક ભી જમ રહે છે કરા બિન લાયક ભી જમ રહે છે ઓ કોમા દે વચ્ચે નેક ઇન્સાન ભી પૂરા હોતા ને પેદા હોતા ને કોમા દે વચ્ચે બુરે ઇન્સાન ભી પેદા હોતા ને એક કોમા દે નામ ખાલસા દી ભાઈ ધારે રાજે સારે રાજ પૂત સન પર બાબા બંદા સર બહાદુર ભી રાજ સી જેને પડ કે ਸੰਧਾ ਹੋਏ ਤੇ ਸਰਹੱਦ ਦੀ ਇੱਟਾਂ ਇੱਟ ਘੜਕਾ ਗਿਆ ਜਿਸੇ ਖਾਤਾ ਦੀ ਇੱਥੇ ਕਰ ਖਾਤਾ ਦੀ ਨਹੀਂ ਇੱਥੇ ਭਾਈ ਜੱਤਰ ਸਿੰਘ ਵਰਗੇ ਸੂਰ ਮੇ ਇੱਥੇ ਭਾਈ ਉਦੈ ਸਿੰਘ ਵਰਗੇ ਸੂਰ ਮੇ ਉਹ ਵੀ ਰਾਜਪੂਤ ਸਨ ਪਰ ਗੱਲ ਖਾਤਾ ਦੀ ਨਹੀਂ ਕਰਮੀ ਕਰਮੀ ਹੋਏ ਵਿਚਾਰ ਸੱਚਾ ਆ ਸੱਚਾ ਦਰਬਾਰ ਸੱਜਣਾ ਨੂੰ ਮਾਫ ਕਰਨਾ ਇੱਥੇ ਜਾਤਾਂ ਨੂੰ ਮਾਣ ਨਹੀਂ ਬਖਸ਼ਿਆ ਇੱਥੇ ਕਰਨੀ ਨੂੰ ਮਾਣ ਬਖਸ਼ਿਆ ਇੱਥੇ ਸਦਨੇ ਨੂੰ ਮਾਣ ਬਖਸ਼ਿਆ ਮਾਫ ਕਰਨਾ ਕਹਿ ਰਿਹਾ ਇੱਕ ਕਸਾਈ ਨੂੰ ਮਾਣ ਬਖਸ਼ਿਆ ਕਸਾਈ ਕਸਾਈ ਬਣਾ ਛੱਡ ਗਿਆ ਕਸਾਈ ਕਸਾਈ ਬਣਾ ਛੱਡ ਗਿਆ ਇੱਕ ਮਾਫ ਕਰਨਾ ਸਦਨਾ ਕਸਾਈ ਬਣਾ ਛੱਡ ਗਿਆ ਜਦ ਜ਼ਿੰਦਗੀ ਵਿੱਚ ਜੀਵਨ ਦੀ ਸੋਝੀ ਪਈ ਕਸਾਈ ਕਸਾਈ ਬਣਾ ਛੱਡ ਗਿਆ ਸਦ ਨਾਈ ਨਾਈ ਬਣਾ ਛੱਡ ਗਿਆ ਜਿਹੜੇ ਕੋਈ ਲੋਕਾਂ ਦੇ ਸਿਰ ਤੋਂ ਕੇਸ ਕਤਲ ਕਰਦਾ ਇੱਕ ਨਾਈ ਨਾਈ ਬੁਲਾ ਛੱਡ ਗਿਆ ਮਾਫ ਕਰਨਾ ਤੂੰ ਕੀ ਸਕਤ ਜਿਹੜਾ ਧਿਆਨ ਦੇਣਾ ਪਵੇਗਾ ਇਹਦੇ ਪੰਜ ਮੁਸਲਮਾਨ ਫਕੀਰਾਂ ਦੀ ਬਾਣੀ ਕਰਦਾ ਮੇਰੇ ਹਰ ਮਨ ਪਿਆਰੇ ਸੰਤ ਬਾਬਾ ਪਾਸ ਧੂਲਕੋਟ ਵਾਲੇ ਸ਼ਮੀਰ ਦਾ ਜ਼ਿਕਰ ਕਰ ਰਿਹਾ ਸਭ ਖਾਲਸਾ ਦੀ ਬੜਾ ਬੜਾ ਸਿੱਖ ਮੁਸਲਮਾਨ ਵੀ ਕਹਿੰਦੇ ਮੀਆਂ ਮੀਰ ਦੀਆਂ ਬਾਣਾ ਕਰਨਾ ਉੱਠੀਆਂ ਉਹਨੂੰ ਪੀਰਾਂ ਦੇ ਪੀਰਾਂ ਦਾ ਪੀਰ ਕਹਿ ਕਹਿ ਕੇ ਖਾਲਸਾ ਜੀ ਜਿਹੜਾ ਧਿਆਨ ਦੇਣਾ ਪਵੇਗਾ ਖਾਲਸਾ ਜੀ ਦਾ ਧਿਆਨ ਦੇਣਾ ਪਵੇਗਾ ਮੀਆਂ ਮੀਰ ਬਣ ਕੇ ਜਿਹਨਾਂ ਦੇ ਹੱਥੋਂ ਤੁਹਾਡਾ ਕੀ ਖਿਆਲ ਹੈ ਉਦੋਂ ਚੰਗੇ ਜੀਵਨ ਵਾਲੇ ਬੰਦਿਆਂ ਦੀ ਕਮੀ ਸੀ ਉਹ ਬਾਬਾ ਬੁੱਢਾ ਜੀ ਬਣ ਕੇ ਮੁੜ ਗਿਆ ਨਹੀਂ ਸਨ ਇੱਕ ਵਾਰੀ ਕਹਿ ਦਿਆ ਇੱਕ ਵਾਰੀ ਫੇਰ ਕਹਿ ਦਿਓ ਬਾਬਾ ਬੁੱਢਾ ਜੀ ਬਣ ਕੇ ਬ੍ਰਹਮ ਗਿਆਨੀ ਜਿਹਨਾਂ ਦੇ ਬਚਦਾ ਨਾਲ ਛੇਵੇਂ ਪਾਤਸ਼ਾਹ ਦਾ ਅਵਤਾਰ ਹੋਇਆ ਸੀ ਬੜੀਆਂ ਬੜੀਆਂ ਬ੍ਰਹਮ ਗਿਆਨੀ ਹਸਤੀਆਂ ਵੀ ਸਨ ਕੋਈ ਗੱਲ ਤੇ ਹੈ ਸੀ ਜੋ ਸਾਈ ਮੀਆਂ ਮੀਰ ਦੇ ਹੱਥੋਂ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਪਹਿਲੀ ਅਗਵਾਈ ਸੀ ਗੁਰਮਤਿ ਰੋਹਾਨੀ ਸਤ ਸਭਾ ਦਾ ਖਾਲਸਾ ਦੀ ਮਾਂ ਕਰਨਾ ਪ੍ਰਯੋਜ ਨਹੀਂ ਹੈ ਗੁਰੂ ਨਾਨਕ ਦੇ ਘਰ ਦੀ ਗੱਲ ਨੂੰ ਜੇ ਸਿੱਖਾਂ ਨੇ ਸਤਕ ਬਚਾਇਆ ਤੇ ਕੀ ਕੀਤਾ ਗੁਰੂ ਨਾਨਕ ਦੇ ਘਰ ਦੀ ਗੱਲ ਨੂੰ ਉਹ ਜੇ ਸਿੱਖਾਂ ਨੇ ਅੰਦਰ ਛੱਡਿਆ ਤੇ ਕੀ ਛੱਡਿਆ ਖਾਲਸਾ ਜੀ ਆਦੇ ਹਲੇ ਹਲੇ ਵਿੱਚ ਜਾਂ ਕੱਢ ਸਕਦੇ ਕਰ ਰਾਤੀ ਕੀਰਤਨ ਦੇ ਵਿੱਚ ਗੱਲ ਕੀਤੀ ਚੱਲੀ ਸੀ ਪੰਜਾਬ ਐਂਡ ਸਿੰਧ ਬੈਂਕ ਦੇ ਚੇਅਰਮੈਨ ਸਰਦਾਰ ਇੰਦਰਜੀਤ ਸਿੰਘ ਗੋਰੀ ਖਾਲਸਾ ਦੀ ਮਾਫ ਕਰਨਾ ਖਾਲਸਾ ਦੀ ਜਾਤ ਦੇ ਬ੍ਰਹਮਣ ਸਨ ਪਰ ਜਿਨ੍ਹਾਂ ਨੇ ਹਜ਼ਾਰਾਂ ਸਿੱਖ ਬਣਾਏ ਜੇ ਕੋਈ ਨੌਕਰੀ ਵਾਸਤੇ ਜਾਂਦਾ ਮੂੰਹ ਦੇ ਦਾੜੀ ਕਤਲ ਹੁੰਦੀ ਤੇ ਕਹਿੰਦੇ ਬਈ ਆ ਕੇਸ ਰੱਖ ਕੇ ਆ ਜਾਂਦੇ ਨੌਕਰੀ ਤੇ ਆ ਜੇ ਖਾਲਸਾ ਦੀ ਕੋਈ ਕੇਸਾ ਭਾਰੀ ਜਾਂਦਾ ਬਈ ਜਪਜੀ ਸਾਹਿਬ ਦਾ ਦਾਤ ਸੁਣਾ ਦੇ ਜੀ ਮੈਨੂੰ ਆਉਂਦਾ ਨਹੀਂ ਚੰਗਾ ਫਿਰ ਪੰਜ ਪੌੜੀਆਂ ਸੁਣਾ ਦੇ ਮਾਫ ਕਰਨਾ ਤੂੰ ਕੀ ਸੰਗਤ ਇਹੋ ਜਿਹਾ ਵੀ ਤੂੰ ਕਹਿੰਦਾ ਹੋਵੇ ਸੱਜਣੋ ਅੱਜ ਸਾਡੇ ਹਰਿਆਣੇ ਦੇ ਵਿੱਚ ਹਜ਼ਾਰਾਂ ਚਾਹਤ ਦਾ ਅੰਤ ਛੱਡਦੇ ਜਾ ਰਹੇ ਕਿਉਂ ਦੁਨੀਆ ਸੁਣਦੀ ਹੈ ਕੋਈ ਸੁਣਾਉਣੇ ਵਾਲਾ ਚਾਹੀਏ ਦੁਨੀਆ ਮੰਨਦੀ ਹੈ ਕੋਈ ਮਨਾਉਣੇ ਵਾਲਾ ਚਾਹੀਏ ਦੁਨੀਆ ਚੁੱਕਦੀ ਹੈ ਕੋਈ ਚੁਕਾਉਣੇ ਵਾਲਾ ਚਾਹੀਏ ਦੁਨੀਆ ਚੁੱਕਦੀ ਹੈ ਕੋਈ ਚਲਾਣੇ ਵਾਲਾ ਚਾਹੀਏ ਉਹ ਚਲਾਇਆ ਹੀ ਸਾਨੂੰ ਗੁਰੂ ਗੋਬਿੰਦ ਸਿੰਘ ਨੇ ਇੱਕ ਵਾਰੀ ਕਹਿ ਦਿਓ ਹਜ਼ੂਰ ਕੋਈ ਇਹ ਧਰਤੀ ਤੇ ਚਲਾਇਆ ਭਾਈ ਕਹਿਆ ਨਾ ਵਰਗਿਆਂ ਨੂੰ ਪੁੱਛਿਆ ਆਖਿਆ ਜੋ ਲੜੇਗਾ ਆਖਿਆ ਮਾਰੋ ਮੈਂ ਲੜੇਗਾ ਇਹੋ ਜਿਹੇ ਬੰਦੇ ਚਲਾ ਦਿੱਤੇ ਸਿਆਣੇ ਕਹਿੰਦੇ ਚੱਲੇ ਕਾਰਤੂਸ ਕਦੇ ਚੱਲਿਆ ਨਹੀਂ ਕਰਦੇ ਇੱਕ ਵਾਰੀ ਕਹਿ ਦੇਣਾ ਚੱਲੇ ਕਾਰਤੂਸ ਮੁੜ ਕੇ ਨਹੀਂ ਚੱਲਿਆ ਕਰ ਸਕਦੇ ਚੱਲਿਆ ਕਰਦੇ ਮਾਫ਼ ਕਰਨਾ ਗੁਰੂ ਕੀ ਸੰਗਤ ਮੁਰਦੇ ਫੜ ਕੇ ਪੁੱਛਿਆ ਨਹੀਂ ਕਰਦੇ ਪਰ ਭਗਵਾਨ ਗੋਬਿੰਦ ਸਿੰਘ ਜਿਹਨਾਂ ਨੇ ਮੁਰਦਿਆਂ ਨੂੰ ਫੜ ਕੇ ਲਿਆ ਮਾਫ਼ ਜਿਨ੍ਹਾਂ ਨੇ ਮੁਰਦਿਆਂ ਵਿੱਚ ਮੁੜ ਕੇ ਜਾਨ ਪਾ ਦਿੱਤੀ ਪੁੱਛਿਆ ਵੀ ਦਇਆ ਰਾਮ ਲੜੇਗਾ ਆਖਿਆ ਜੀ ਮੈਂ ਲੜਾਂਗਾ ਮਰ ਕਾਮ ਹਮਾਰਾ ਕੋਲਣ ਤੱਕੜੀ ਨੰਗੀ ਸ਼ੁਰੇ ਕਦੇ ਨਹੀਂ ਪਕੜੀ ਜਿਹੜੀ ਕੋੜਾ ਤੋਂ ਹਮ ਡਰ ਜਾਏ ਤੇਗ ਪਕੜ ਕੈਸੇ ਰਣ ਮੈਂ ਜਾਏ ਉਹ ਖੱਤਰੀਆਂ ਦੇ ਘਰਾਣੇ ਦਾ ਜਨਮ ਛੋਟੀ ਦੀ ਲਾਹੌਰ ਦੇ ਵਿੱਚ ਕਰਿਆਨੇ ਦੀ ਦੁਕਾਨ ਸਾਰਾ ਦਿਨ ਖੰਡ ਝੋਟੂ ਨੂੰ ਤੇਲ ਤੋਲਦੇ ਦਾ ਨਿਕਲ ਜਾਂਦਾ ਚਿੜੀ ਸੁਣਦੀ ਤੇ ਕੰਮ ਖੁਸ਼ਕ ਹੋ ਜਾਂਦਾ ਮੈਂ ਲੜਾਂਗਾ ਇਹ ਲੜਨਾ ਤੇ ਮੇਰੇ ਵਾਸਤੇ ਗੱਲ ਨਹੀਂ ਆਖਿਓ ਆਇਆ ਨਾ ਮਾਫ ਕਰਨਾ ਜੇ ਕਿਹੜੀ ਚਿੜੀਆਂ ਤੋਂ ਨਾ ਡਰਦੇ ਮਾਫ ਕਰਨਾ ਕੋਈ ਸੰਗਤ ਜੇ ਕਦੀ ਤੇਗ ਹੱਥ ਚ ਫੜ ਲੈਂਦੇ
ਇੱਕ ਸਿੱਖ ਨੇ ਮਨੁੱਖਤਾ ਨੂੰ ਪਿਆਰ ਕੀਤਾ, ਇੱਕ ਵਾਰੀ ਕਹਿ ਦੇ ਵਾ, ਇੱਕ ਸਿੱਖ ਨੇ ਮਨੁੱਖਤਾ ਨੂੰ ਪਿਆਰ ਕੀਤਾ। ਮੈਨੂੰ ਆਸਟ੍ਰੇਲੀਆ ਜਾਣ ਦਾ ਮੌਕਾ ਮਿਲਿਆ, ਇਤਿਹਾਸ ਹਰੀ ਸਿੱਖ ਦੀ ਮੁੱਛ ਦੇ ਉੱਤੇ ਕਹਿੰਦੇ ਨੇ ਨਿੱਬੂ ਡਿੱਗਦਾ ਸੀ, ਨਿੱਬੂ ਖਾਲਸਾ ਦੀ ਹਰੀ ਸਿੰਘ ਦੀ ਮੁੱਛ ਦੇ ਉੱਤੇ, ਹਰੀ ਸਿੰਘ ਨਲਕਾ ਦੀ ਮੁੱਛ ਦੇ ਨਿੱਬੂ ਟੱਕਦਾ ਦੀ ਨਿੱਬੂ ਅਜੇ ਮੱਖੀ ਵੀ ਨਹੀਂ ਬਣਦੀ। ਸਾਨੂੰ ਜਾਣ ਦਾ ਮੌਕਾ ਮਿਲਿਆ, ਅਕਸਰ ਜਾਂਦੇ ਰਹਿੰਦੇ ਅਸੀਂ ਆਸਟ੍ਰੇਲੀਆ ਗਏ। ਖਾਲਸਾ ਦੀ ਮਾਫ ਕਰਨਾ ਸਿੱਖ ਜੰਮਦਾ ਸਿੱਖ ਹੈ, ਕਹਿੰਦੇ ਵਾ ਹਰ ਬੰਦਾ ਜੰਮਦਾ ਸਿੱਖ ਹੈ। ਕਿਸੇ ਬੰਦੇ ਦੀ ਜਨਮ ਨੂੰ ਜਨਮ ਧਾਰਨ ਕਰਨ ਕਰਨ ਤੋਂ ਪਹਿਲਾਂ ਸ਼ੁਰੂ ਹੁੰਦੀ ਆ, ਸ਼ੁਰੂ ਕਰਕੇ ਮੁਸਲਮਾਨ ਬਣਾਇਆ ਜਾਂਦਾ। ਇੱਕ ਵਾਰੀ ਕਹਿੰਦੇ ਕਿਸੇ ਬੰਦੇ ਦੇ ਜੰਮ ਤੋਂ ਕੇਸ ਕਤਲ ਹੁੰਦੇ ਨੇ, ਨਹੀਂ ਕੇਸ ਕਤਲ ਕਰਕੇ ਕਿਸੇ ਨੂੰ ਹਿੰਦੂ ਜਾਂ ਮੁਸਲਮਾਨ ਬਣਾਇਆ ਜਾਂਦਾ। ਮਾਫ ਕਰਨਾ, ਇੱਕ ਮਾਫ ਕਰਨਾ ਜਿਹੜਾ ਧਿਆਨ ਦੇਣਾ ਪਵੇਗਾ ਸਮਾਂ ਤੇ। ਬਾਬਾ ਜੀ ਮੈਂ ਥੋੜ੍ਹਾ ਹੀ ਪਾਉਣਾ ਪਰ ਗੱਲ ਥੋੜ੍ਹੇ ਜ਼ਿਆਦਾ ਕਰਨੀ ਹੈ। ਖਾਲਸਾ ਦੀ ਮਿਲਟਰੀ ਵਾਲੇ ਦਰਸ਼ਕਾਂ ਦੇ ਬੱਚਿਆਂ ਨੂੰ ਕਮੇਟੀ ਮਾਫ ਕਰਨਾ ਕਰਾਉਂਦੇ ਨੇ ਮਾਸਟਰ ਲੋਕ, ਕਹਿੰਦੇ ਪ੍ਰੇ ਛੋਟੇ ਕਰਮ ਕਰਨੇ ਹੋ ਜਾਂਦੇ ਸਭ। ਹਾਂਜੀ ਅੱਗੇ ਨਿਕਲ ਗਈ ਕਿਹਦੇ ਰੁਕ ਜਾਂਦੇ ਜਾਂ ਇੰਡੀਆ ਸ਼ਾਲੀਆਂ ਦੇ ਫੈਕਟਰੀਆਂ ਦੀਆਂ ਘਾਟੇ ਖਾ ਕੇ ਬੰਦ ਹੁੰਦੀਆਂ ਵੇਖੀਆਂ ਨੇ।
ਉਹਨਾਂ ਨੂੰ ਅਮਰੀਕਾ ਜਾਣ ਦਾ ਮੌਕਾ ਮਿਲਿਆ। ਅਮਰੀਕਾ ਸਾਰੀ ਦੁਨੀਆ ਤੇ ਰਾਜ ਕਰ ਰਿਹਾ, ਸਾਡੇ ਬਾਬੇ ਬੈਠੇ ਨੇ ਕਿ ਚਲੇ ਗਏ ਨੇ ਬਾਬਾ ਖਿਮੀਰਾ ਸਿੰਘ ਹੋਈ ਖਾਲਸਾ ਜੀ ਮਹਾਂਪੁਰਖ ਕਾ ਸੇਵਾ ਪੂਜਣ ਜੋੜ ਹੋਏ ਪੂਜਣ ਜੋੜ ਗੱਲਾਂ ਦੋਵੇਂ ਨੇ ਸੱਜਣੋ ਜੇ ਗੁਰਦੁਆਰੇ ਨਾ ਬਣਦੇ ਖਾਲਸਾ ਜੀ ਮਹਾਂਪੁਰਖ ਕਾ ਸੇਵਾ ਵਾਲੇ ਮਹਾਂਪੁਰਖ ਨਾ ਹੁੰਦੇ ਪੁੱਲ 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 ਖਾਲਸਾ ਜੀ ਸਿਆਸਤ ਜੀ ਨੇ ਧਰ ਕੇ ਬਣੇ ਹੋਏ। ਅਮਰੀਕਾ ਸਾਰੀ ਦੁਨੀਆ ਦੇ ਰਾਜ ਕਰ ਰਿਹਾ ਖਾਲਸਾ ਜੀ ਕਿਤੇ ਅਮਰੀਕਾ ਦੇ ਪੈਰੀ ਕੰਟਰੀ ਕੋਠੀ ਤੇ ਸੋਨਾ ਲੱਗਾ ਨੀ ਵੇਖਿਆ ਕਿਤੇ ਹਿੰਦੁਸਤਾਨ ਦਾ ਪ੍ਰਾਈਮ ਮਿਨਿਸਟਰ ਦੀ ਕੋਠੀ ਤੇ ਸੋਨਾ ਲੱਗਿਆ ਨੀ ਵੇਖਿਆ ਹੋਇਆ ਖਾਲਸਾ ਜੀ ਦੁਨੀਆ ਦੇ ਕਿਸੇ ਕੰਟਰੀ ਦੇ ਪ੍ਰੈਜੀਡੈਂਟ ਜਾਂ ਪ੍ਰਾਈਮ ਮਿਨਿਸਟਰ ਦੀ ਕੋਠੀ ਤੇ ਸੋਨਾ ਲੱਗਿਆ ਨੀ ਵੇਖਿਆ ਹੋਇਆ। ਉਹ ਭਾਨੇ ਮਹਾਂਪੁਰਖ ਹੋਏ ਜਿਹਨਾਂ ਨੇ ਖਤਰ ਦੀਆਂ ਕੁਰਤੀਆਂ ਪਾ ਕੇ ਹਜ਼ਾਰਾਂ ਲੋਕ ਘਰਾਂ ਦੇ ਉੱਤੇ ਸੋਨੇ ਦੇ ਗੁੰਮਟ ਬਣਾ ਦਿੱਤੇ ਰੱਖੇ ਜਦੋਂ ਟੁਕੜੇ ਨੂੰ ਮਿਲੇ ਬਾਬਾ ਜੀ ਸਲਾਹ ਕਰਦੇ ਕੋਟ ਵਾਲੇ
ਇੱਕ ਪਾਸੇ ਸ਼ਸਤਰ ਪਏ ਸਨ ਪਟਨਗੜ੍ਹ ਸਾਹਿਬ ਦੇ, ਦੂਜੇ ਪਾਸੇ ਤਰਸ ਬੈਠੇ ਸਨ ਪਟਨਗੜ੍ਹ ਸਾਹਿਬ ਦੇ। ਇਸ ਇਲਾਕੇ ਦੇ ਰਹਿਣ ਵਾਲਾ ਕਪੂਰਾ ਗੁਰੂ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਇਆ ਸੀ। ਗੱਲ ਤਾਂ ਨਹੀਂ ਸਿੱਖ ਇੱਕ ਸਿੰਘ ਗੁਰੂ ਸਾਹਿਬ ਨੂੰ ਚੋਰ ਕਰ ਲਿਆ, ਦੂਜਾ ਸਿੰਘ ਸ਼ਸਤਰਾਂ ਨੂੰ ਚੋਰ ਕਰ ਲਿਆ। ਕਪੂਰੇ ਦਾ ਆਉਣਾ ਤੇ ਮਹਾਰਾਜ ਨੂੰ ਨਮਸਕਾਰ ਕਰਨੀ ਇਸ ਇਲਾਕੇ ਦਾ ਮੰਨਿਆ ਰਹਿਣ ਵਾਲਾ ਵੀ ਸੀ, ਵੀਰ ਬੰਦਾ ਸੀ। ਤੇ ਮਾ ਕਰਨਾ ਦਸਵੇਂ ਪਾਤਸ਼ਾਹ ਦੇ ਚਰਨਾਂ 'ਚ ਮੱਥਾ ਟੇਕ ਕੇ ਲੱਗਾ ਕਹਿਣ, ਤੁਹਾਡੇ ਬਾਬਾ ਜੀ ਸੁਣਾਉਂਦੇ ਹੁੰਦੇ ਲੱਗਾ ਕਹਿਣ ਜੀ ਗੁਰੂ ਘਰ ਵਿੱਚ ਗੁਰੂ ਨਾਨਕ ਨੂੰ ਲੈ ਕੇ ਤੁਹਾਡੇ ਤੱਕ ਤਾਂ ਚੌੜ ਸਾਲ ਹੁੰਦਾ ਆ ਰਿਹਾ, ਪਰ ਕੋਈ ਦਿਨ ਤੁਸੀਂ ਚੌੜ ਸ਼ੁਰੂ ਕਰਵਾ ਲਓ, ਪਰ ਨੋਏ ਦਿਨ ਤੁਸੀਂ ਚੌੜ ਸ਼ੁਰੂ ਕਰਵਾ ਰਿਹਾ। ਦਸਵੇਂ ਪਾਤਸ਼ਾਹ ਦੇ ਮਾ ਕਰਨਾ ਨੂੰ ਕਿਸੇ ਸ਼ਸਤਰਾਂ ਨੂੰ ਵੇਖ ਕੇ ਪੂਰੇ ਨੂੰ ਸ਼ੱਕਾ ਹੋ ਗਿਆ ਸੀ। ਗੁਰਦੇਵ ਨੇ ਆਖਿਆ ਕਿ ਉਹ ਕਪੂਰੀਆ ਇਹ ਨੋਆ ਨਹੀਂ, ਇਹ ਮੇਰਾ ਸ਼ਸਤਰ ਨੇ, ਤੈਨੂੰ ਪੂਰੇ ਆਖਿਆ ਸਾਡੀ ਕੀ ਮਈਆ ਸਾਡੀ ਕੀ ਹਿੰਮਤ ਸਮੇਂ ਦੀ ਹਿੰਮਤ ਨਾਲ ਟੱਕਰ ਮੈਨੂੰ ਵੀ ਯਾਦ ਆ ਗਿਆ ਗੁਰੂ ਗੋਬਿੰਦ ਸਿੰਘ ਨੇ ਆਖਿਆ ਸੀ ਉਹ ਕਪੂਰੀਆ ਕਪੂਰੀਆ ਮੈਂ ਉਜੜਿਆ ਨੀ ਖਿਰਕਾ ਮੈਂ ਉਜੜਿਆ ਨੀ ਸੌਣ ਵਾਲਾ ਉਜੜਿਆ ਨੀ ਸੌਣ ਵਾਲਾ ਮੈਨੂੰ ਯਾਦ ਆ ਸਾਡਾ ਸਨ ਬਹਾਦਰ ਸਾਡਾ ਇਸੇ ਗਰਾਊਂਡ ਦੇ ਵਿੱਚ ਸੰਨ 75 ਦੇ ਲੱਗਾ ਸੀ। 26 ਸਾਲ ਮੁਲਕ ਨੂੰ ਆਜ਼ਾਦ ਹੋਇਆ ਹੋਏ ਸੀ। ਖਾਸ ਕਰਕੇ ਅਸੀਂ ਗੁਰੂ ਕਿਸਨ ਰੋਪੜ ਤੋਂ ਅਸੀਂ ਟ੍ਰੇਨ ਤੇ ਬੈਠੇ ਤੇ ਇੰਨਾ ਚਾਹ ਮੈਂ ਸੋਚਿਆ ਇਹ ਲੋਕ ਕਿੰਨੇ ਭੱਟ ਵਾਲੇ ਨੇ ਜਿਹੜੇ ਨਾਲ ਜਿਹੜੇ ਅਨੰਦਪੁਰ ਦੀ ਧਰਤੀ ਤੇ ਪੈਦਾ ਹੋਏ ਨੇ ਜਿਹੜੇ ਅਨੰਦਪੁਰ ਦੀ ਧਰਤੀ ਤੇ ਪੈਦਾ ਹੋਏ ਨੇ ਕਿੰਨੇ ਭਾਗਾਂ ਵਾਲੇ ਨੇ ਜ਼ਿਮੀਦਾਰ ਖੇਤਾਂ ਨੂੰ ਪਾਣੀ ਦਿੰਦੇ ਨੇ ਪਾਣੀ ਨਾਲ ਫਸਲ ਤੇ ਚਲਾ ਜਾਂਦਾ ਜ਼ਿਮੀਦਾਰ ਖੇਤਾਂ ਨੂੰ ਖਾਦ ਪਾਉਂਦੇ ਨੇ ਖਾਦ ਨਾਲ ਫਸਲ ਤੇ ਚਲਾ ਜਾਂਦਾ ਕਣਕ ਦੇ ਦਾਣਿਆਂ ਤੇ ਚਲਾ ਜਾਂਦਾ ਪਾਣੀ ਦਾ ਅਸਰ ਚਲਾ ਜਾਂਦਾ ਰੂੜੀ ਪਾਉਂਦੇ ਨੇ ਰੂੜੀ ਦਾ ਅਸਰ ਚਲਾ ਜਾਂਦਾ ਉਹ ਅਨੰਦਪੁਰ ਦੀ ਧਰਤੀ ਦੇ ਵਸਣ ਵਾਲੇ ਇਸ ਧਰਤੀ ਦਾ ਚੱਪਾ ਚੱਪਾ ਸਿੰਘਾਂ ਸ਼ਹੀਦਾਂ ਦੇ ਖੂਨ ਦਾ ਰੱਖਿਆ ਹੋਇਆ ਮਦਾਨੀ ਰਾਜਾਂ ਦਾ ਕੀ ਬਣੂਗਾ ਜਿਹੜਾ ਸਮੁੰਦਰ ਦੇ ਕਿਨਾਰੇ ਤੇ ਰਹਿ ਕੇ ਪਿਆਸਾ ਮਰ ਜੇ ਉਹਨੂੰ ਪਾਣੀ ਕਿੱਥੇ ਮਿਲ ਸਕਦਾ ਪਰ ਸੱਜਣੋ ਮੈਂ ਬੇਨਤੀ ਕਰਦਾ ਅਨੰਦਪੁਰ ਦੀ ਧਰਤੀ ਜਿੱਥੇ ਤੁਸੀਂ ਸਾਰੇ ਪੁੱਜੇ ਹੋ ਇਹ ਤੁਹਾਡੀ ਤੁਹਾਡਾ ਘਰ ਅਮਰ ਸ਼ਕੋਨ ਸਮੇਖਿਆ ਜਾਂਦਾ ਅੱਜ ਤੁਸੀਂ ਧਰਮ ਦੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਧਰਮ ਦੀ ਮਾਤਾ ਮਾਤਾ ਸਾਹਿਬ ਕੌਰ ਤੇ ਵਾਸੀ ਅਸੀਂ ਅਨੰਦਪੁਰ ਦੇ ਗੁਰੂ ਕੀ ਸੰਗ ਸਾਰੇ ਅਮਰ ਸ਼ਕੋਨ ਗੁਰੂ ਬਾਣੇ ਬਣਾਉਣ ਗੁਰੂ ਚਰਨਾਂ ਨਾਲ ਛੁੜੋ ਮੌਕਾ ਬਣਿਆ ਆਸਟ੍ਰੇਲੀਆ ਜਾਵਾਂਗੇ ਕੋਈ ਮਹਾਂਪੁਰਖ ਜਾਵੇ ਤਾਂ ਬੜਾ ਸਤਿਕਾਰ ਕਰਦਾ ਉਹਦੀਆਂ ਮੁੱਛਾਂ ਦੇਖ ਕੇ ਮੈਂ ਬੜਾ ਹੈਰਾਨ ਹੋ ਗਿਆ।
ਮੈਂ ਕਿਹਾ ਸਿੰਘ ਸਾਡੀ ਇਹ ਮੁੱਛਾਂ ਦਾ ਕੀ ਮਤਲਬ ਆ? ਇਹ ਮੁੱਛਾਂ ਦਾ ਕੀ ਮਤਲਬ ਆ? ਮਾਸਟਰ ਤਾਰਾ ਸਿੰਘ ਪੁੱਛਿਆ ਸੀ ਅਕਾਲੀ ਭਰਾਵਾਂ ਨੇ ਵੀ ਯਾਰ ਲੜਾਈ ਕਿੰਨੇ ਕਿੱਧਰ ਚੱਲਦੀ ਹੈ, ਪੰਜਾਬੀ ਸੂਬੇ ਦੀ ਲਹਿਰ ਚੱਲਦੀ ਸੀ। ਮਾਸਟਰ ਤਾਰਾ ਸਿੰਘ ਨੇ ਆਖਿਆ ਵੀ ਲੜਾਈ ਤੇ ਆਏ ਕੋਈ ਨੀ, ਲੜਾਈ ਤਾਂ ਲੱਭੀ ਨੀ ਆਈ। ਆਖਿਆ ਜੀ ਲੜਾਈ ਅੱਧੇ ਇੰਚ ਦੀ, ਮਾਸਟਰ ਨੇ ਆਖਿਆ ਜੀ। ਸਮਝ ਲਓ ਉਹਦੀ ਮੋਛੀ ਨੀ ਹੋ ਗਈ, ਆ ਗਈ ਉਹਦੀ ਲੜਾਈ, ਪਤਾ ਨੀ ਕਿੰਨੀ ਲੰਬੀ ਹੋ ਗਈ। ਉਹਦਾ ਰੱਬ ਹੀ ਜਾਣਦਾ, ਕਹਿੰਦਾ ਵੀ ਲੜਾਈ ਅੱਧੇ ਇੰਚ ਦੀ ਹੈ, ਮਾਸਟਰ ਨੇ ਆਖਿਆ ਸੀ। ਆਖਿਆ ਜੀ ਅੱਧੇ ਇੰਚ ਦੀ ਹੋ ਕਿਵੇਂ? ਤੇ ਮਾਸਟਰ ਤਾਰਾ ਸਿੰਘ ਨੂੰ ਪੁੱਛਿਆ ਗਿਆ ਵੀ ਅੱਧੇ ਇੰਚ ਦੀ ਕਿਵੇਂ? ਤੇ ਮਾਸਟਰ ਜੀ ਲੱਗੇ ਕਹਿਣ, ਕਹਿੰਦਾ ਵੀ ਸਰਕਾਰ ਕਹਿੰਦੀ ਮੁੱਠ ਥੱਲੇ ਕਰਨ ਵਾਲੇ ਅਸੀਂ ਕਦੇ ਉੱਤੇ ਰੱਖਣੀ, ਤੇ ਹੁਣ ਕਦੇ ਵੀ ਥੱਲੇ ਰੱਖਣੀ ਕਿ ਉੱਤੇ ਰੱਖਣੀ? ਜਿਹੜੀ ਮੁੱਠ ਥੱਲੇ ਹੈ ਉਹ ਢੈਂਤੀ ਕਲਾ ਦਾ ਪ੍ਰਤੀਕ ਹੈ, ਤੇ ਜਿਹੜੀ ਮੁੱਠ ਉਤਾਰ ਉਹ ਚੌਥੀ ਕਲਾ ਦਾ ਪ੍ਰਤੀਕ ਹੈ, ਤੇ ਜਿਹੜੀ ਆਪਾਂ ਸਿੱਖਾਂ ਦੇ ਘਰੇ ਜਨਮ ਲੈ ਕੇ ਹਿੰਦੂ ਭਰਾ ਦੇ ਠੀਕ ਹੈ, ਆਪਣੇ ਧਰਮ ਮੁਸਲਮਾਨ ਭਰਾ ਨੂੰ ਠੀਕ ਹੈ, ਤੇ ਜੇ ਆਪਾਂ ਸਿੱਖਾਂ ਦੇ ਘਰ ਦਾ ਜਨਮ ਲੈ ਕੇ ਜੇ ਆਪਾਂ ਮੋਛੀ ਨਾ ਛੱਡੀ, ਮੁੱਠ ਥੱਲੇ ਦੇ ਢੈਂਤੀ ਕਲਾ ਦਾ ਪ੍ਰਤੀਕ, ਮੁੱਠ ਉੱਤੇ ਦੇ ਚੜ੍ਹਦੀ ਕਲਾ ਦਾ ਪ੍ਰਤੀਕ, ਜੇ ਮੁੱਠ ਰਗੜ ਕੇ ਮੋਨੀ ਦਿੱਤੀ ਕਾਟੀ ਦਿੱਤੀ ਤੇ ਫੇਰ ਪਤਾ ਨੀ ਆਏ ਪਤਾ ਨੀ ਕਾਹਦਾ ਪ੍ਰਤੀਕ ਆ, ਇਹ ਤਾਂ ਫੇਰ ਤਾਂ ਠੀਕ ਹੀ ਠੀਕ ਆ, ਫੇਰ ਤਾਂ ਠੀਕ ਹੀ ਠੀਕ ਆ। ਮਿੰਡ ਬਾਬਾ ਆਇਆ ਸੀ ਤੇ ਭਾਈ ਸਾਹਿਬ ਉਹਦੇ ਬਚਨ ਲਈ ਕਾ ਖਾਲਸਾ ਵਾਹਿਗੁਰੂ ਜੀ ਕੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲਗਾ ਕੇ ਸੰਤ ਜੀ, ਮੈਂ ਕਿਹਾ ਹਾਂਜੀ ਜੀ ਬੈਠੇ, ਮੈਂ ਕਿਹਾ ਭਾਈ ਸਾਹਿਬ ਤੁਹਾਡੀ ਮੁੱਛਾਂ ਤੁਹਾਡੀਆਂ ਮੁੱਛਾਂ ਮੁੰਡੇ ਨਾਲ ਵਿਆਹ ਕਰਾਉਣਾ ਜਿਹੜਾ ਮੈਨੂੰ ਮੇਰਾ ਘਰ ਨੀ ਕਹਿੰਦੀ, ਮੈਨੂੰ ਤੇਰਾ ਸਭ ਤੋਂ ਪਸੰਦ ਆ, ਪਰ ਮੇਰੀ ਇੱਕ ਸ਼ਰਤ ਭਾਈ ਮੈਂ ਤਾਂ ਵਿਆਹ ਕਰਾਉਣ ਵਿੱਚ ਮੁੱਛ ਨੀ ਚੱਲੇ ਮੁੱਛ ਨੀ ਚੱਲੇ ਉਹਨੇ ਮੈਂ ਕਿਹਾ ਕਿਉਂ ਇਹਦੀ ਬਸ ਕਹਿੰਦਾ ਬਾਬਾ ਦੀ ਦਿਹਾੜੀ ਵਿੱਚ ਏਦਾਂ ਦਫ਼ਤਰ ਦੇ ਕੰਮਾਂ ਦਾ ਗਿਆਨ ਨੀ ਅੱਗਲਾ ਪੀਤਾ ਆ ਮਣੀ ਸਿੰਘ ਦੇ ਨਾਲ ਦਾ ਕਹਿੰਦਾ ਜਦੋਂ ਪੁੱਛਦਾ ਗਿਆ ਕਹਿੰਦਾ ਜੇ ਮੇਰੀ ਮੁੱਛੋਂ ਤੱਕ ਥੱਲੇ ਤੇ ਜੇ ਮੈਂ ਤੁਹਾਡਾ ਘਰ ਦਾ ਘਰ ਵਾਲੀ ਮੁੱਛ ਦੀ ਕਹਿੰਦੀ ਸਰਦਾਰ ਜੀ ਕੀ ਗੱਲ ਕਹਿੰਦੇ ਹੈ ਯਾਰੀ ਮੁੱਛ ਥੱਲੇ ਆ ਕਹਿੰਦੇ ਵੀ ਕਹਿਦੇ ਆ ਕਹਿੰਦਾ ਮੈਂ ਦਰਕਾ ਦਾ ਵੀ ਲੈ ਕੇ ਆ ਮੇਰਾ ਵੀ ਪੱਕਾ ਹੀ ਪਾੜਿਆ ਵਿਆਹ ਕੀ ਕਰਾਇਆ ਖੈਰ ਖਾਲਸਾ ਜੀ ਕਦੇ ਬਣ ਬਣਿਆ ਕੌਮਾਂ ਨੀ ਇਸ ਗੱਲੋਂ ਅਸੀਂ ਰਾਜਿਆਂ ਦੇ ਬਹੁਤ ਪੂਰ ਜੰਮੇ ਆਉਣ ਵਾਲੀਆਂ ਨਸਲਾਂ ਨੇ ਪੁੱਛਣਾ ਨੇ ਤੁਹਾਨੂੰ ਤੁਹਾਡੇ ਬੱਚਿਆਂ ਨੇ ਮਾਫੀ ਕਰ ਗੁਰੂ ਗੋਬਿੰਦ ਸਿੰਘ ਨੇ ਤੇ ਕੀ ਮਾਫ ਕਰਨਾ ਉਹ ਨਸ਼ਿਆਂ ਦੀ ਵਰਤੋਂ ਕਰਨ ਵਾਲੇ ਵੀ ਨਸ਼ਿਆਂ ਦੀ ਵਰਤੋਂ ਕਰਨ ਵਾਲੇ ਜਦੋਂ ਤੁਹਾਡੇ ਆਉਣ ਵਾਲੇ ਪੋਤੇ ਤੁਹਾਡੇ ਆਉਣ ਵਾਲੇ ਪੋਤੇ ਸਮਾਂ ਆ ਗਿਆ ਨੀ ਕਹਿੰਦਾ ਭੋਗ ਵਾਲੇ ਪਾਸੇ ਚੱਲੀਏ ਤੁਹਾਡੇ ਆਉਣ ਵਾਲੇ ਸਮੇਂ ਦੇ ਪੋਤੇ ਦੋਤੇ ਆਪਣੀ ਉਮਰ ਦੇ ਬੱਚਿਆਂ ਨੂੰ ਆਖਿਆ ਕੀ ਆਖਿਆ ਕਰਨਗੇ ਜੇ ਅਸੀਂ ਸ਼ਰਾਬਾਂ ਪੀਤੇ ਚਲੇ ਗਏ ਨਾ ਉਹ ਆਖਿਆ ਕਰਨਗੇ ਆਪਣੀ ਉਮਰ ਦੇ ਬੱਚਿਆਂ ਨੂੰ ਯਾਰ ਯਾਰ ਸੁਣਾਵਾਂ ਉੱਤੇ ਆਖਿਆ ਕਰਨਗੇ ਦੁੱਧੇ ਆਖਿਆ ਕਰਨਗੇ ਕੀ ਆਖਿਆ ਕਰਨਗੇ ਯਾਰ ਇੱਕ ਗੱਲ ਸੁਣਾਵਾਂ ਉਹ ਆਖਿਆ ਕਰੇ ਦੱਸ ਉਹ ਆਖਿਆ ਕਰਨਗੇ ਯਾਰ ਸੂਰਜ ਬਾਹਰ ਚ ਨਿਕਲਦਾ ਸੀ ਤੇ ਮੇਰਾ ਨਾਨਾ ਨਾ ਸੂਰਜ ਨਿਕਲ ਤੋਂ ਪਹਿਲਾਂ ਹੀ ਮੇਰਾ ਨਾਨਾ ਜਾਂ ਦਾਦਾ ਪੋਤੇ ਆਖਿਆ ਕਰਨਗੇ ਦਾਦਾ ਤੇ ਦੋਤੇ ਆਖਿਆ ਕਰਨਗੇ ਨਾਨਾ ਸੂਰਜ ਬਾਹਰ ਨਿਕਲਦਾ ਸੀ ਤੇ ਬੋਤਲ ਦਾ ਟੱਕਾ ਪਹਿਲਾਂ ਹੀ ਟੁੱਟ ਜਾਂਦਾ ਸੀ ਆਖਿਆ ਕਰਨਗੇ ਤੇ ਇੱਕ ਹੋਰ ਗੱਲ ਗੱਲ ਸੀ ਜਦੋਂ ਮੇਰੇ ਦਾਦੇ ਦੇ ਨਾਨੇ ਦੀ ਮੌਤ ਹੋਈ ਸੀ ਨਾ ਸ਼ਰਾਬ ਦੇ ਠੇਕੇ ਤੇ ਮਰਿਆ ਸੀ ਉਹ ਟੱਕ ਲਿਆ ਇਹ ਤੇ ਤੁਹਾਡੇ ਪੋਤੇ ਦੋਤੇ ਆਖਿਆ ਕਰਨਗੇ ਸ਼ਰਾਬੀ ਤੇ ਜਿਹੜੇ ਪੁੱਤੇ ਨੇ ਅਮਰ ਸਿੰਘ ਦੇ ਜਗਿਆ ਦੀਆਂ ਬਾਣੀਆਂ ਪੜ੍ਹਦੇ ਨੇ ਉਹਨਾਂ ਦੇ ਪੁੱਤੇ ਦੋਤੇ ਆਖਿਆ ਕਰਨਗੇ ਉਹ ਮਰਿਆ ਹੋਣਾ ਤੇਰਾ ਨਾਨਾ ਉਹ ਤੇਰਾ ਦਾਦਾ ਸ਼ਰਾਬ ਦੇ ਠੇਕੇ ਤੇ ਮੇਰੇ ਦਾਦਾ ਜੀ ਮੇਰੇ ਨਾਨਾ ਜੀ ਐਡੇ ਵੱਡੇ ਗੁਰਸਿੱਖ ਸਨ ਉਹਨਾਂ ਨੇ ਅੰਮ੍ਰਿਤ ਵੇਲੇ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨ ਤੋਂ ਬਿਨਾ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨ ਤੋਂ ਪਹਿਲਾਂ ਕਦੀ ਉਹਨਾਂ ਚਾਹ ਗੁਰਸਾ ਕੀ ਪੀਣਾ ਸੀ ਪਾਣੀ ਦਾ ਕੁਝ ਨਹੀਂ ਸੀ ਪੀਤਾ ਮੇਰਾ ਦਾਦਾ ਜਾਂ ਮੇਰਾ ਨਾਨਾ
मां परना गुरु ग्रंथ साहिब दा दर्शन करन तों बाद नेत्र करदा सी ते जदों दे दादे ते नाने दी मौत होई ना उस दिन गुरु नानक दा गुरपुरब सी मेरे दादा जी ने जां मेरे नाना जी ने जदों गुरु घर जाके मत्था टेकिया ते गुरु ग्रंथ साहिब दे चरणां च शरीर त्याग के सन हुण चाबी मान लो कि समुची संगत नूं बड़ी बड़ी दूर चल के आए हो गुरमत रूहानी संत सभा जिहदे विच संत बाबा अवतार सिंह धूलकोट वाले संत बाबा पंजाब सिंह जी संत बाबा अपने गुरु कृष्ण मनमोहन सिंह पारवे वाले संत दरबारा सिंह जी पिछे साडे बैठे ने संत परमात्मा संत बाबा कुलदीप सिंह मैयारी वाले संत अपने मामर कर पांच भैणी वाले बाबा अमरीक सिंह जी संत कोलो माजरे वाले संत अपने झांकिया वाले झांकपुरिया पिंड कहता झांकपुर है झांकिया वैसे सारे इलाके का दवाई नहीं उतरा ही जाने
ਜਿਹੜਾ ਮੰਜਰ ਤੇ ਬੈਠਾ ਸੀ, ਮਾਫ ਕਰਦਾ ਢੋਲੇ ਤੇ ਬੈਠਾ ਸੀ, ਕਹਿੰਦਾ ਰਹਿੰਦਾ ਜੋ ਮੰਜਰ ਤੇ ਬਣਿਆ ਉਹ ਵੀ ਜਾਣ ਉਤਰਾ ਹੀ ਜਾਣ। ਜੇ ਤੁਸੀਂ ਅੰਮ੍ਰਿਤ ਪਾਸ ਛਕਿਆ ਫਿਰ ਕੌਮ ਦਾ ਕੀ ਬੋਲੂਗਾ, ਸਿੱਖੀ ਦਾ ਕੀ ਬੋਲੂਗਾ, ਫਿਰ ਤਾਂ ਉਤਰਾ ਹੀ ਹਾਂਜੀ ਫਿਰ ਤਾਂ ਉਤਰ ਹੀ ਜਾਣ। ਕੁੜੀ ਹੋ ਗਈ ਜਿਹੜੀ ਬਿਮਾਰ ਤੇ ਗਈ ਡਾਕਟਰ ਕੋਲ, ਡਾਕਟਰ ਥਰਮਾਮੀਟਰ ਤੇ ਅੰਦਰ ਉਹਨੇ ਵੇਖਿਆ ਬੁਖਾਰ ਬੜਾ, ਜਦ ਕੀਤਾ ਮਾਫ ਕਰਨਾ ਮੂੰਹ ਚਲਾਇਆ ਥਰਮਾਮੀਟਰ, ਸਿਆਣਾ ਡਾਕਟਰ ਬੁਖਾਰ ਜਿਹੜਾ ਸ਼ੂਜ ਦੇ ਕੁਝ ਝੂਠ ਕਹਿ ਕੇ ਲੈ ਉਹ ਸਾਰੇ ਤੇਰਾ
ਕੁਤੇਰਾ ਹੈ ਕਿ ਲੋਕ ਕੱਕੇ ਫਿਰ ਉਹ ਜਦ ਕਿ ਲੈ ਆਇਆ ਦੂਜੇ ਫਿਰ ਉਹ ਤੀਜੇ ਦੇ ਇਹ ਫਿਰ ਮੈਨੂੰ ਜਗ ਜਗ ਦੇ ਮੁਖਣਾ ਮੈਂ ਰਖਣਾ ਟੂਰਨਾਮੈਂਟ ਚੰਡੀਗੜ੍ਹ ਕਰਦਾ ਇਹ ਲੱਗੇ ਕਹਿਣ ਬਾਬਾ ਜੀ ਅਸੀਂ ਇਹੋ ਜਿਹਾ ਕੰਮ ਰੱਖੀਏ ਮੈਂ ਕਹਿੰਦਾ 7 ਵਜੇ ਬਾਬਾ ਜੀ ਟੂਰਨਾਮੈਂਟ ਕਰਾ ਦਿੰਦੇ ਜਿਹਨੇ ਟੂਰਨਾਮੈਂਟ ਚੱਲਿਆ ਜਾਏਗਾ ਰਾਤ ਦੇ ਦੀਵਾਨ ਚੱਲ ਲੱਗੇ ਪਰ ਇਹ 11 ਦਿਨ ਦਾ ਪ੍ਰੋਗਰਾਮ ਇਹਨੂੰ ਤੁਸੀਂ ਪ੍ਰੋਗਰਾਮ ਵੇਖ ਕੇ ਨਾ ਆਖਿਆ ਚਲੋ ਕਿਉਂਕਿ ਇਹ ਵੀ ਹੈ ਕਿ ਕਿਧਰ ਕਵੀ ਦਰਬਾਰ ਹੋਊਗਾ ਦੂਜੇ ਦੇ ਕਵੀਸ਼ ਤੀਜੇ ਦੇ ਰਾਗੀ ਚੌਥੇ ਦੇ ਘਾਟੀ ਪੰਜਵੇਂ ਦਿਨ ਸੰਤ ਦਰਬਾਰ ਸੰਤ ਸਮਾਗਮ ਤੇ ਛੇਵੇਂ ਦਿਨ ਅਸੀਂ ਇਹਦੇ ਚ ਸਾਡੇ ਬਾਬਾ ਬਲਕਾਰ ਸਿੰਘ ਜੀ ਕਹਿ ਰਹੇ ਸਨ ਕਹਿੰਦੇ ਪਲੇ ਕਰੋ ਫਿਰ ਪਲੇ ਸਾਡੇ ਤੇ ਡੀਐਸਪੀ ਆ ਰਿਹਾ ਢਿੱਡੋ ਸਾਹਿਬ ਆਂਦਾ ਬਾਬਾ ਜੀ ਸਾਡਾ ਵੀ ਕਿਤੇ ਮੁਕਾਬਲਾ ਕਰਾ ਲੈ ਮੈਂ ਕਿਹਾ ਜੀ ਕਾਹਦਾ ਕਹਿੰਦਾ ਬਾਬਾ ਜੀ ਹੱਥ ਫੜ ਮੈਂ ਕਿਹਾ ਉਹ ਕੋਈ ਪੁਰਾਣੇ ਪੁਰਾਣੇ ਨੂੰ ਹੱਥ ਫੜਦੇ ਹੁੰਦੇ ਸਨ ਕਹਿੰਦਾ ਬਾਬਾ ਜੀ ਮੈਂ ਫੜੂੰਗਾ ਹੱਥ ਤੇ ਜੇ ਮੇਰੇ ਮੇਰੇ ਕੋਲ ਹੱਥ ਫੜਾ ਜੇ ਤੇ ਕਹਿੰਦਾ ਮੈਂ ਫਿਰ ਡੀਐਸਪੀ ਕਾਹਦਾ ਆ ਰਿਹਾ ਸਹੀ ਮੈਂ ਇਹਨਾਂ ਤੇ ਬੜੀ ਕਿਰਪਾ ਬਾਬਾ ਬਲਕਾਰ ਸਿੰਘ ਕਹਿੰਦੇ ਕਹਿੰਦੇ ਗੱਤਕੇ ਬਾਜੀ ਵਿੱਚ ਲਾਏ ਮੈਂ ਕਿਹਾ ਬਾਬਾ ਜੀ ਨਿਹੰਗ ਸਿੱਖ ਦਾ ਇੱਕ ਸੰਭਾਲਣਾ ਔਖਾ ਕਹਿੰਦਾ ਮੈਂ ਸੰਭਾਲਣਾ ਮੈਂ ਕਿਹਾ 7 ਵਜੇ ਉਹ ਕਿਸੇ ਮਕਾਨ ਨੂੰ ਲੱਗ ਗਈ ਅੱਗ ਦੁਬਈ ਦੇ ਵਿੱਚ ਨਿਹੰਗ ਸਿੰਘ ਤੇ ਖੜਾ ਸੀ ਬਾਕੀਆਂ ਨੇ ਛਾਲਾ ਮਾਰ ਦਿੱਤੀਆਂ ਇੱਕ ਗੋਲੀ ਕਦੇ ਲੱਗੇ ਛਾਲਾ ਮਾਰ ਦਿੱਤੀਆਂ ਕਿਹਦੇ ਦੀ ਦੰਦ ਟੁੱਟ ਗਈ ਕਿਸੇ ਦੀ ਬਾਹ ਟੁੱਟ ਗਈ ਉਹ ਤੇ ਕਿਤੇ ਧਿਆਨ ਨਹੀਂ ਪੁੱਤਦਾ ਹੀ ਨਹੀਂ ਕਿਹੜਾ ਅੱਗ ਪਹੁੰਚੀ ਸਿਰੇ ਤੱਕ ਨਿਹੰਗ ਸਿੰਘ ਉੱਤੋਂ ਨਿਹੰਗ ਸਿੰਘ ਜੀ ਉੱਤਰੇ ਬੜੇ ਰਾਮ ਆ ਕੇ ਸਿੱਧੇ ਖੜ ਖੜ ਕਹਿਣ ਲੱਗੇ ਲੋਕੀ ਕਹਿੰਦੇ ਤੈਨੂੰ ਸਭ ਤੋਂ ਲੱਗੀ ਕਹਿੰਦਾ ਮੈਂ ਕੀ ਡਿੱਗਣਾ ਸੀ ਮੈਂ ਚੱਕਰ ਕੀ ਧਰਦਾ ਪੈਰਾਂ ਸੁਰ ਪਾਇਆ ਕਹਿੰਦਾ ਮੈਂ ਤਾਂ ਚੱਲ ਕੇ ਧਰਦਾ ਪੈਰਾਂ ਸੁਰ ਪਾਇਆ ਕਈ ਮੈਨੂੰ ਕਹਿੰਦੇ ਕਹਿੰਦਾ ਜੀ ਤੁਸੀਂ ਬ੍ਰੇਕਾਂ ਵਾਲੇ ਸ਼ਹਿਰ ਪੈਦਾ ਨਹੀਂ ਹੁੰਦਾ ਚਾਰ ਮੈਂ ਕਿਹਾ ਗੱਡੀਆਂ ਨੂੰ ਬ੍ਰੇਕ ਟਰੱਕਾਂ ਨੂੰ ਬ੍ਰੇਕਾਂ ਸਾਈਕਲ ਨੂੰ ਬ੍ਰੇਕਾਂ ਇਹਦੇ ਬ੍ਰੇਕਾਂ ਤੋਂ ਬਗੈਰ ਗੱਡੀ ਚਲਾਉਂਦੇ ਉੱਤੇ ਤਾਂ ਪਤਾ ਲੱਗ ਜਾਊਗਾ ਤੁਹਾਡਾ ਕਿਹੜੇ ਪਾਪਾ ਦਾ ਇਹਨੂੰ ਮਾਰੀ ਹੈ ਕਿ ਸ਼ਹਿਰ ਨੂੰ ਗੁਰੂ ਗੋਬਿੰਦ ਸਿੰਘ ਦੇ ਛੱਤ ਤੇ ਸੱਤ ਦੀ ਬ੍ਰੇਕ ਜਦ ਤੱਕ ਸੱਤ ਬ੍ਰੇਕ ਮਾਰੀ ਗਈ ਤਾਂ ਮੈਂ ਕਿਹਾ ਤੁਸੀਂ ਪਾਏ ਨੇ ਬਾਂਦਰ ਕੱਛੇ ਕਹਿੰਦੇ ਪਿੰਡੇ ਦੇ ਵੀ ਤੁਸੀਂ ਹੁਣ ਛੱਡ ਗਈ ਤੁਸੀਂ ਹੁਣ ਛੱਡ ਗਈ ਤੇ ਮਾਫ ਕਰਨਾ ਗੁਰੂ ਕੇ ਸੰਗਤ ਅਸੀਂ ਤਾਂ ਅਸੀਂ ਤਾਂ ਸਿੱਖੀ ਦੀ ਗੱਲ ਕਰ ਹੀ ਨਹੀਂ ਸਕਦੇ ਜਾ ਕੰਮ ਸੱਚ ਅੱਤੇ ਜਾਂ ਮੋੜੀ ਇਮਾਰਤ ਦੇ ਨੇੜੇ ਪੈਂਦਾ ਹੁਣ ਸਮਾਂ ਤਾਂ ਹੋ ਗਿਆ ਕਰੋ ਸੋਣੀ ਲਓ ਇੱਕ ਮਿੰਟ ਕੋ ਹਾਂ ਉਹ ਖਾਣਾ ਨਿਕਲ ਜਾ ਤੇ ਤੂੰ ਨਾ ਬਦਲ ਜਾ ਚਾਚਾ ਜਮਾਨਾ ਬਦਲ ਗਿਆ ਉਹ ਸਿੱਖੋ ਤੁਸੀਂ ਨਹੀਂ ਬਦਲੇ ਪਰ ਬਾਣੀ ਪੜ ਪੜ ਕੇ ਜਿੱਤ ਧਰਨਾ ਦੇ ਲੋਕ ਇੱਕ ਵਾਰੀ ਕਹਿ ਦਿਓ ਇੱਕ ਵਾਰੀ ਫੇਰ ਕਹਿ ਦਿਓ ਉੱਥੇ ਦੇ ਚੌਧਰੀ ਆਇਆ ਕਿਉਂ ਕਈ ਸੁਣਨ ਦੀ ਗੱਲ ਕਰਦਾ ਗਰਮੀ ਸੀ ਬੜੀ ਬੜੀ ਲੋਕਾਂ ਕਰ ਪਾਪੇ ਤੁਹਾਨੂੰ ਸਰਦਾਰਾਂ ਠੇਕਿਆਂ ਨੇ ਰੱਖ ਲਿਆ ਮਾੜੀ ਤਰਫੀ ਤੋਂ ਕੋਈ ਖਿਆਲ ਕਰ ਮੈਂ ਕਿਹਾ ਚੌਧਰੀ ਸਰ ਇਹ ਬਾਤ ਹੋ ਗਈ ਕਹਿੰਦਾ ਬਾਬਾ ਬਾਬਾ ਪਹਿਲਾਂ ਤਾਂ ਗਰਮੀ ਬਹੁਤ ਆ ਨਿੰਬੂ ਪਾਣੀ ਪੀਵਾ ਗਿਆ ਨਿੰਬੂ ਪਾਣੀ ਪਿਲਾ ਕਹਿੰਦਾ ਜੀ ਮਜ਼ਾਕ ਕਰ ਮਤਲਬ ਚਾਹ ਜਦੋਂ ਚਾਹ ਲਵਾਈ ਮੈਂ ਕਿਹਾ ਹੁਣ ਦੱਸੋ ਜੀ ਕਹਿੰਦਾ ਜੀ ਜਬ ਜਾਵਾਂਗੇ ਆਪਣੀ ਗੈਜ ਖੋਲ ਭਰ ਆ ਕੇ ਪਾਸਾ ਵੀ ਟਾਈਮ ਦੇ ਮਾਰੇ ਤੋਂ ਸਾਰੇ ਕੋਲ ਤੰਬਾਕੂ ਮਰੂਗੇ ਪੀਪ ਨੇ ਖਾ ਲਈ ਤੇ ਸ਼ਰਾਬ ਨੇ ਰੋੜ ਦਿੱਤੀ ਕਹਿੰਦਾ ਬਾਬਾ ਡੈਰੀ ਖੋਲ ਮੈਂ ਮਤਲਬ 5-7 ਦਿਨ ਦਾ ਪ੍ਰਮਾਣ ਇਤਨਾ ਪ੍ਰਮਾਣ ਕੋ ਦਿੱਤਾ ਪ੍ਰੋਣ ਮਿਲੇਗਾ ਦੋ ਹੋ ਕਹਿੰਦਾ ਬਾਬਾ ਚੰਦਾ 5 ਨਾ 2 ਨਾ 4 ਇੰਨੀਓ ਕਦਰ ਕੀ ਕਰਦਾ ਉਹਦੀ 3 ਪ੍ਰਮ ਲਿਖਦੇ ਜਦ ਕਰਨ ਮਾਰਦਾ ਗਿਆ ਕੀਰਤਨ ਪਹਿਲਾਂ ਮੈਂ ਕੀਤਾ ਕੀਰਤਨ ਕੱਟ ਕਰ ਜਾਣ ਤੇਰਾ ਸੀ ਮਾਂ ਫਰ ਕੱਟ ਤੇਰਾ ਸੀ ਮਾਂ ਫਰ ਮਰ ਤੇ ਦੂਜੇ ਤੋਂ ਜਦੋਂ ਕੀਰਤਨ ਕਰਨ ਗਏ ਅਸੀਂ ਅਸੀਂ ਭੈਣ ਕਹਿ ਦਿੰਦੇ ਹਾਂ ਹਰਿਆਣੇ ਦੇ ਵਿੱਚ ਬੋਬੋ ਕਹਿੰਦੇ ਭੈਣ ਨੂੰ ਬੋਬੋ ਕਹਿੰਦੇ ਇੱਕ ਬੜੀ ਲੱਗੀ ਭੈਣ ਖੜੀ ਹੋ ਗਈ ਕਹਿੰਦੇ ਇਹ ਬਾਬੇ ਇਹ ਮਾਸਟਰ ਸਿੰਘ ਅਗਰ ਤੁਹਾਰੀ ਪੋਤੀ ਜਾਣਾ ਤੁਹਾਰੀ ਪੋਤੀ ਮਾਮਾ ਨੂੰ ਸਮਝਾ ਦੇ ਨਹੀਂ ਤੋ ਬਾਹਰ ਦੇ ਸਾਥ ਨਾ ਬੜੀ ਬੜੀ ਕਰਾ ਕੇ ਦਾ ਮਾਮਾ ਜੀ ਆਪਣੇ ਦਾ ਦੇ ਦੇ ਮੈਂ ਮੁਕੀ ਨਾ ਮੁਕੀ ਲਾ ਤਵਾ ਮੈਂ ਕਿਹਾ ਬਹਿਣ ਕਦੋਂ ਬੱਬੂ ਤੇਰੀ ਪੋਤੀ ਜਾਣ ਪਰ ਸੁਣਾ ਦੇ
ਇਸ ਕਰਕੇ ਤਾਂ ਕਿ ਜੋ ਸ਼ੁਰੂ ਸਿਮਰ ਕਰਦੇ ਅੰਮ੍ਰਿਤ ਛਕਲੇ ਨਾਮ ਜਪਲੇ ਸੇਵਾ ਕਰਲੇ ਦੁਨੀਆਂ ਇਲਾਕਿਆਂ ਦੇ ਵੱਡੇ ਵੱਡੇ ਪ੍ਰਭੂ ਟੀਕੇ ਜਾਣਗੇ ਹੁਣ ਇਹਨਾਂ ਸਾਡਾ ਪਾਠ ਹੋਵੇਗਾ।
ਉਹਦੇ ਬਾਅਦ ਅਰਦਾਸ ਸਾਹਿਬ ਦੀ ਮਾਤਾ ਜੀ 15-20 ਮਿੰਟ ਦੀ ਗੱਲ ਹੈ ਆਪਾਂ ਨੇ ਹੁਕਮਨਾਮਾ ਸਰਵਰ ਕਰਕੇ ਪ੍ਰਸ਼ਾਦ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਸਾਹਿਬ ਕਦਾ ਜੀ ਦੇ ਘਰ ਦੇ ਸਮਾਂ ਦੇ ਕੇ ਬੇਚਰ ਆਪਾਂ ਆਪਣੇ ਆਪਣੇ ਘਰ ਨੂੰ ਜਾਣਾ ਖੁੱਲ੍ਹਮ ਨਦੀ ਦਾ ਫੇਰ ਰੰਗ ਕਲੀ ਮੁਹੱਲਾ ਤੀਜਾ ਜਨਮ ਦੇ ਸਾਹਿਬ ਦੇ ਸਵਾਦ